ਜੇਕਰ ਗਰਮੀਆਂ 'ਚ ਤੁਸੀਂ ਵੀ ਛੱਤ ਤੇ ਸੌਂਦੇ ਹੋ ਤਾਂ ਇੱਕ ਵਾਰ ਇਸ ਵੀਡੀਓ ਨੂੰ ਜ਼ਰੂਰ ਦੇਖ ਲਓ, ਜਿੱਥੇ ਇਹ ਪਰਿਵਾਰ ਵੀ ਛੱਤ ਤੇ ਸੁੱਤਾ ਰਹਿ ਗਿਆ ਤੇ ਹੇਠੋਂ ਚੋਰਾਂ ਨੇ ਸਾਰਾ ਘਰ ਸਾਫ ਕਰ ਦਿੱਤਾ, ਕੱਲੇ ਕੱਲੇ ਕੀਮਤੀ ਚੀਜ਼ ਲੈ ਕੇ ਫਰਾਰ ਹੋ ਗਏ। ਵੱਡੀ ਗੱਲ ਇਹ ਹੈ ਕਿ ਇਹ ਪਰਿਵਾਰ ਚਾਬੀਆਂ ਵੀ ਆਪਣੇ ਸਿਰਾਣੇ ਹੀ ਰੱਖ ਕੇ ਸੁੱਤਾ ਸੀ। ਚੋਰ ਇੰਨੀ ਚਲਾਕੀ ਦੇ ਨਾਲ ਆਉਂਦੇ ਨੇ, ਸਿਰਾਣੇ ਹੇਠੋਂ ਚਾਬੀ ਕੱਢਦੇ ਨੇ ਅਤੇ ਫਿਰ ਘਰ ਦੇ ਮਾਲਕ ਦਾ ਹੀ ਮੋਬਾਈਲ ਲੈ ਕੇ ਹੇਠਾਂ ਟਾਰਚ ਜਗਾਉਂਦੇ ਨੇ, ਅਲਮਾਰੀਆਂ ਦੇ ਵਿੱਚੋਂ ਨਗਦੀ ਤੇ ਸੋਨਾ ਲੈ ਕੇ ਫਰਾਰ ਹੋ ਜਾਂਦੇ ਨੇ। ਪਰਿਵਾਰ ਨੂੰ ਉਦੋਂ ਪਤਾ ਲੱਗਦਾ ਹੈ ਜਦੋਂ ਤੜਕੇ ਉੱਠ ਕੇ ਹੇਠਾਂ ਆਉਂਦੇ ਨੇ ਤੇ ਸਮਾਨ ਖਿਲਰਿਆ ਦੇਖਦੇ ਨੇ। ਉਹਨਾਂ ਦੇ ਹੋਸ਼ ਉੱਡ ਜਾਂਦੇ ਨੇ ਦੇਖ ਕੇ ਕਿ ਘਰ ਦੀਆਂ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਨੇ ਤੇ ਘਰ 'ਚ ਪਏ 52,000 ਨਗਦੀ ਤੇ ਨਾਲ ਹੀ 2.5 ਤੋਲੇ ਸੋਨਾ ਵੀ ਗਾਇਬ ਹੈ। ਜਿਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਘਰ 'ਚ ਚੋਰ ਵੜੇ ਸਨ ਤੇ ਇਹ ਪਰਿਵਾਰ ਛੱਤ ਤੇ ਆਰਾਮ ਨਾਲ ਸੋ ਰਿਹਾ ਸੀ। ਮਾਮਲਾ ਅਬੋਹਰ ਤੋਂ ਸਾਹਮਣੇ ਆਇਆ, ਜਿੱਥੇ ਇੱਕ ਰਿਹਾਇਸ਼ੀ ਕਲੋਨੀ ਦੇ ਵਿੱਚ ਚੋਰਾਂ ਦੇ ਵੱਲੋਂ ਇਸ ਘਰ ਨੂੰ ਨਿਸ਼ਾਨਾ ਬਣਾਇਆ ਗਿਆ, ਜਿੱਥੇ ਪਰਿਵਾਰ ਰਾਤ ਵੇਲੇ ਛੱਤ ਤੇ ਸੁੱਤਾ ਹੋਇਆ ਸੀ। ਸਿਰਾਣੇ ਹੇਠਾਂ ਚਾਬੀਆਂ ਰੱਖੀਆਂ ਹੋਈਆਂ ਸਨ। ਚੋਰਾਂ ਦੇ ਵੱਲੋਂ ਪਹਿਲਾਂ ਤਾਂ ਮਾਲਕ ਦੇ ਸਿਰਾਣੇ ਹੇਠੋਂ ਚਾਬੀਆਂ ਲਈਆਂ ਜਾਂਦੀਆਂ ਨੇ, ਉਸੇ ਦਾ ਹੀ ਮੋਬਾਈਲ ਲੈ ਕੇ ਹੇਠਾਂ ਟਾਰਚ ਜਗਾ ਕੇ ਫਿਰ ਚਾਬੀਆਂ ਦੇ ਨਾਲ ਦਰਵਾਜ਼ਾ ਖੋਲ ਕੇ ਅਲਮਾਰੀਆਂ ਦੇ ਤਾਲੇ ਤੋੜ ਕੇ ਅਲਮਾਰੀ 'ਚ ਪਏ 52,000 ਦੀ ਨਗਦੀ ਤੇ 2.5 ਤੋਲੇ ਸੋਨਾ ਲੈ ਕੇ ਉੱਥੋਂ ਰਫੂ ਚੱਕਰ ਹੋ ਗਏ। ਚੋਰਾਂ ਦੇ ਵੱਲੋਂ ਇੰਨੀ ਚਲਾਕੀ ਦੇ ਨਾਲ ਚੋਰੀ ਕੀਤੀ ਗਈ ਤੇ ਉੱਤੇ ਪਰਿਵਾਰ ਨੂੰ ਭਿਣਕ ਤੱਕ ਨਹੀਂ ਲੱਗੀ। ਜਦੋਂ ਸਵੇਰੇ ਪਰਿਵਾਰ ਉੱਠਦਾ ਹੈ ਤਾਂ ਉਹਨਾਂ ਦੇ ਹੋਸ਼ ਉੱਡ ਜਾਂਦੇ ਨੇ, ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਪੁਲਿਸ ਨੂੰ ਇਤਲਾਹ ਦਿੱਤੀ ਜਾਂਦੀ ਹੈ ਤੇ ਪੁਲਿਸ ਮੌਕੇ ਤੇ ਪਹੁੰਚ ਕੇ ਛਾਨਬੀਨ ਕਰਦੀ ਹੈ। ਪੁਲਿਸ ਦੇ ਵੱਲੋਂ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਤੇ ਚੋਰਾਂ ਦੀ ਤਲਾਸ਼ ਜਾਰੀ ਹੈ। ਅਸੀਂ ਤਾਂ ਰਾਤ ਨੂੰ, ਮੈਂ, ਮੇਰੀ ਬੇਟੀ ਤੇ ਮੇਰੀ ਵਾਈਫ, ਅਸੀਂ ਤਾਂ ਉੱਪਰ ਸੁੱਤੇ ਪਏ ਹਾਂ ਜੀ। ਠੀਕ ਹੈ ਜੀ। ਬੇਟਾ ਮੇਰਾ ਇੱਥੇ ਸੁੱਤਾ ਪਿਆ ਜੀ। ਬੇਟਾ ਮੇਰਾ। ਠੀਕ ਹੈ ਜੀ। ਤੇ ਮੇਰੀ ਮਾਤਾ ਇਹ ਥੱਲੇ ਸੁੱਤੇ ਪਏ ਆ। ਠੀਕ ਹੈ ਜੀ। ਤੇ ਉੱਪਰੋਂ ਚਾਬੀ ਚੱਕੀ ਆ ਉਹਨਾਂ ਨੇ। ਠੀਕ ਹੈ। ਸਿਰਾਣੇ ਥੱਲੋਂ ਇੱਕ ਮੋਬਾਈਲ ਚੱਕਿਆ, ਤਾਲਾ ਖੋਲ੍ਹਿਆ। ਜਦੋਂ ਅਸੀਂ ਸਵੇਰੇ ਆਏ 6:30 ਵਜੇ ਥੱਲੇ ਆਏ ਹਾਂ ਤਾਂ ਸਾਨੂੰ ਵਾਰਦਾਤ ਦਾ ਪਤਾ ਲੱਗਿਆ। ਨੁਕਸਾਨ 52,000 ਰੁਪਈਆ ਜੀ, ਕੋਈ 2.5 ਤੋਲੇ ਸੋਨਾ ਜੀ। ਇਹ ਨਹੀਂ ਕੁਛ ਕਹਿ ਸਕਦੇ ਜੀ। ਅਸੀਂ ਤਾਂ ਜਦੋਂ ਸਵੇਰੇ ਆਏ ਹਾਂ ਜੀ, ਉਦੋਂ ਸਮਾਨ ਖਿਲ ਰਿਹਾ ਪਿਆ, ਨਹੀਂ ਅਜੇ ਤੱਕ ਜੀ ਪਤਾ ਲੱਗਿਆ ਵੀ ਉੱਤੋਂ ਆਏ ਆ ਜਾਂ ਕਿੱਧਰੋਂ। ਇਹ ਤਾਂ ਕੈਮਰੇ ਕੋਈ ਕਾਰਵਾਈ ਹੋਊਗੀ। ਕੈਮਰੇ ਇੱਥੇ ਗਲੀ 'ਚ ਲੱਗੇ ਆ ਜੀ, ਸਾਈਡ 'ਤੇ ਲੱਗੇ ਆ, ਇਹ ਤਾਂ ਕਾਰਵਾਈ ਹੋਊਗੀ ਤਾਂ ਪਤਾ ਲੱਗ। ਸਰ ਆਹੀ ਤੁਹਾਨੂੰ ਦੱਸਿਆ ਵੀ 2.5 ਤੋਲੇ ਸੋਨਾ ਅਤੇ 52,000 ਰੁਪਈਆ ਜੀ। ਹੁਣ ਮੈਂ ਦਰਖਾਸਤ ਦੇ ਕੇ ਆਇਆ, ਮੋਬਾਈਲ ਇੱਕ ਸੈਮਸੰਗ ਦਾ ਲੈ ਗਏ ਜੀ। ਅਸੀਂ 12:00-1 ਵਜੇ ਤਾਂ ਸੋਂਦੇ ਹਾਂ ਜੀ, 12:00-1 ਵਜੇ ਸੋਂਦੇ ਹਾਂ, ਫਿਰ ਸਾਨੂੰ ਪਤਾ ਨਹੀਂ ਲੱਗਿਆ ਜੀ। ਹੁਣ ਆਹ ਮੁੰਡਾ ਅੰਦਰ ਏਸੀ ਚਲਾ ਕੇ ਸੁੱਤਾ ਪਿਆ ਅਤੇ ਇਹਨੂੰ ਵੀ ਨਹੀਂ ਪਤਾ ਲੱਗਾ ਜੀ। ਪਰ ਅਸੀਂ ਤਾਂ 3 ਜਣੇ ਸੁੱਤੇ ਉੱਤੇ ਸੀ, ਪਰ ਮੇਰੀ ਮਾਤਾ ਜੀ ਹੈ ਥੱਲੇ ਸੋਂਦੇ ਆ। ਸੂਰਜ ਨਗਰੀ ਏਰੀਏ ਦੇ ਵਿੱਚ ਇੱਕ ਇੰਸੀਡੈਂਟ ਰਿਪੋਰਟ ਹੋਇਆ ਵੀ ਲਾਸਟ ਫਲਾਈਟ ਇੱਥੇ ਕੋਈ ਆਣ ਛਾਤੇ ਹੁੰਦਾ, ਉਹ ਲੋਕ ਚੋਰੀ ਦੀ ਵਾਰਦਾਤ ਆ, ਠੀਕ ਹੈ, ਜਿਸ ਬਾਰੇ ਅਸੀਂ ਆਪਣੇ ਪਹੁੰਚ ਕੇ ਹਰੇਕ ਟੈਕਨੀਕਲ ਐਂਗਲ ਤੋਂ ਸੀਸੀਟੀਵੀ ਕੈਮਰਾ ਚੈੱਕ ਕਰਕੇ ਜਲਦ ਤੋਂ ਜਲਦ ਟਰੇਸ ਕਰਾਂਗੇ।